ਕਿਸਾਨ ਭਰਾਵੋ ਸਤਿ ਸ਼੍ਰੀ ਅਕਾਲ ਮੈਂ ਪ੍ਰਗਟ ਸਿੰਘ ਫਸਲਾਂ ਦੀ ਜਾਣਕਾਰੀ ਤੋਂ ਨਰਮੇ ਦੀ ਫਸਲ ਨਾਲ ਸੰਬੰਧਤ ਇਹ ਇੱਕ ਵੀਡੀਓ ਬਣਾ ਰਹੀਆਂ ਜਿਦੇ ਵਿੱਚ ਆਪਾਂ ਬੀਜ ਦੀ ਕਿਸਮ ਬਾਰੇ ਗੱਲ ਕਰਾਂਗੇ ਕਿਉਂਕਿ ਕਾਫੀ ਜ਼ਿਆਦਾ ਕਿਸਾਨ ਇਸ ਖੋਜ ਦੇ ਵਿੱਚ ਲੱਗੇ ਹੋਏ ਆ ਕਿ ਕਿਹੜਾ ਸਾਨੂੰ ਬੀਜ ਮਿਲ ਜਾਵੇ ਜਿਸ ਨੂੰ ਗੁਲਾਬੀ ਸੁੰਡੀ ਨਾ ਆਵੇ ਮਾਰਕੀਟ ਦੇ ਵਿੱਚ ਅਜੇ ਹਜੇ ਤੱਕ ਕੋਈ ਵੀ ਬੀਜ ਨਹੀਂ ਹੈਗਾ ਜਿਸ ਨੂੰ ਗੁਲਾਬੀ ਸੁੰਡੀ ਨਾ ਆਉਂਦੀ ਹੋਵੇ ਪਰ ਯੂਨੀਵਰਸਿਟੀ ਦੀਆਂ ਲੇਟੈਸਟ ਅਪਡੇਟਸ ਲੇਟੈਸਟ ਰეკਮੈਂਡੇਸ਼ਨ ਅਡੂਕੇਸ਼ਨਸ ਤੇ ਉਹਨਾਂ ਦੀਆਂ ਸਿਫਾਰਸ਼ਾਂ ਇਹੀ ਕਹਿੰਦੀਆਂ ਕਿ ਘੱਟ ਸਮੇਂ ਦੀਆਂ ਕਿਸਮਾਂ ਨੂੰ ਲਾ ਕੇ ਤੁਸੀਂ ਨਰਮੇ ਦੀ ਖੇਤੀ ਕਰ ਸਕਦੇ ਹੋ ਅਜਿਹੀ ਇੱਕ ਕਿਸਮ ਤੁਹਾਡੇ ਨਾਮ ਆ ਤੁਹਾਡੇ ਸਾਹਮਣੇ ਰੱਖ ਰਿਹਾ ਕਿ ਨੂਜੀ ਵਿਡੂ ਦਾ ਇੱਕ ਪਹਿਲਾ ਮਸ਼ਹੂਰ ਨਰਮਾ ਲੱਗ ਰਿਹਾ ਸੇਮ ਸੇਮ ਉਹਨਾਂ ਦਾ ਇੱਕ ਨਵਾਂ ਸੀਡ ਹੈ ਟੈਲੈਂਟ ਦੇ ਨਾਮ ਤੇ ਜਿਹੜਾ ਕਿ ਲੋ ਬਾਇਓਮਾਸ ਆ ਮਤਲਬ ਕਿ ਨਰਮਾ ਅਜਿਹੇ ਤਰੀਕੇ ਦਾ ਜਿਦੇ ਵਿੱਚ ਪੱਤੇ ਛੋਟੇ ਆ ਪੱਤਿਆਂ ਦੀ ਗਿਣਤੀ ਕੋਈ ਜ਼ਿਆਦਾ ਨਹੀਂ ਹੈਗੀ ਤੇ ਸੂਰਜ ਦੀਆਂ ਕਿਰਨਾਂ ਧਰਤੀ ਤੱਕ ਪਹੁੰਚਦੀਆਂ ਜਿਹੜੇ ਕਿਸਾਨ ਸੰਘਣੀ ਖੇਤੀ ਕਰਦੇ ਆ ਉਹਨਾਂ ਨੂੰ ਥੋੜਾ ਜਿਹਾ ਹਟ ਕੇ ਖੇਤੀ ਕਰਨੀ ਪਵੇਗੀ ਕਿ ਵੈਰਾਈਟੀਆਂ ਘੱਟ ਸਮੇਂ ਦੀਆਂ ਲਾਉਣੀਆਂ ਪੈਣੀਆਂ ਲੋ ਬਾਇਓਮਾਸ ਹੋਵੇ ਜਿਨ੍ਹਾਂ ਦਾ ਪੱਤਾ ਫਲਾਅ ਜ਼ਿਆਦਾ ਨਾ ਹੋਵੇ ਤੇ ਪੈਸ ਦੇ ਰਜਿਸਟੈਂਟ ਹੋਣ ਕਿ ਉਹ ਪੈਸਟ ਉਹਨਾਂ ਤੇ ਆਵੇ ਤਾਂ ਘਾਟ ਆਵੇ ਕੰਟਰੋਲ ਕੀਤਾ ਜਾ ਸਕੇ ਸਕੇ ਪਰ ਮਾਰਕੀਟ ਦੇ ਵਿੱਚ ਜਿਹੜਾ 4GBटी ਵਿਕ ਰਿਹਾ ਦੋ ਨੰਬਰ ਦੇ ਵਿੱਚ ਉਹਦੀ ਕੋਈ ਵੀ ਗਾਰੰਟੀ ਨਹੀਂ ਹੈਗੀ ਅਜੇ ਤੱਕ ਕੋਈ ਵੀ ਸੀਡ ਟੈਕਨੋਲੋਜੀ ਇਸ ਤਰੀਕੇ ਦੀ ਨਹੀਂ ਬਣੀ ਕਿ ਗਲਾਬੀ ਸੁੰਡੀ ਨੂੰ ਕੰਟਰੋਲ ਕੀਤਾ ਜਾ ਸਕੇ ਪਰ ਘੱਟ ਸਮੇ ਵਾਲੀਆਂ ਕਿਸਮਾਂ ਦੇ ਵਿੱਚੋਂ ਇਹ ਕਿਸਮ ਇੱਕ ਚੰਗੀ ਸਾਬਤ ਹੋਈ ਹੈ ਪਿਛਲੀ ਵਾਰ ਜਿਹੜੇ ਕਿਸਾਨਾਂ ਦੇ ਕੋਲ ਲੱਗੀ ਹੋਈ ਸੀ ਚੰਗੇ ਝਾੜ ਵੀ ਮਿਲੇ ਆ ਬਾਕੀ ਕਿਸਮਾਂ ਦੇ ਮੁਕਾਬਲੇ ਇਹ ਤੇ ਗਲਾਬੀ ਸੁੰਡੀ ਦਾ ਹਮਲਾ ਵੀ ਘੱਟ ਦੇਖਿਆ ਗਿਆ ਇਹਦਾ ਜਿਹੜਾ ਮੈਚਿਓਰਿਟੀ ਟਾਈਮ ਪੀੜਾ ਉਹ ਲਗਭਗ 145 155 ਦਿਨ ਦਾ ਜਿਹੜਾ ਕਿ ਦਰਮਿਆਨੇ ਤੇ ਚੰਗੇ ਬਾਣ ਦੇ ਵਿੱਚ ਬਜਾਈ ਕੀਤਾ ਜਾ ਸਕਦਾ ਜਿਹੜਾ ਨੂਜੀ ਵੀਟੂ ਸਿਮਸਿਮ ਨਰਮਾ ਆਉਂਦਾ ਸੀਗਾ ਪਹਿਲਾਂ ਹੁਣ ਵੀ ਆਉਂਦਾ ਲੱਗ ਰਿਹਾ ਕਾਫੀ ਏਰੀਆ ਦੇ ਵਿੱਚ ਉਹ ਦਰਮਿਆਨੇ ਤੋਂ ਹਲਕੇ ਖੇਤ ਦੇ ਵਾਸਤੇ ਸਿਫਾਰਿਸ਼ ਕੀਤਾ ਜਾਂਦਾ ਸੀ ਪਰ ਜਿਹੜੇ ਚੰਗੇ ਖੇਤਾਂ ਦੇ ਵਿੱਚ ਨਰਮੇ ਦੀ ਕਾਸ਼ਤ ਹੁੰਦੀ ਆ ਨਰਮੇ ਦੀਆਂ ਬਜਾਈਆਂ ਟਾਈਮਲੀ ਬਿਜਾਈ ਹੋ ਜਾਂਦੀਆਂ ਉੱਥੇ ਭਾਰੇ ਤੋਂ ਦਰਮਿਆਨੇ ਖੇਤ ਦੇ ਵਿੱਚ ਇਸ ਕਿਸਮ ਨੂੰ ਲਾਇਆ ਜਾ ਸਕਦਾ ਇਹ ਬ੍ਰਾਂਚਾਂ ਦੇ ਉੱਤੇ ਜਿਹੜੀ ਟਿੰਡਿਆਂ ਦੀ ਸੰਖਿਆ ਉਹ ਵੀ ਜ਼ਿਆਦਾ ਹੁੰਦੀ ਆ ਜਿਹੜਾ ਪੱਤਿਆਂ ਦਾ ਜਿਹੜਾ ਏਰੀਆ ਉਹ ਨਾਰਮਲ ਹੁੰਦਾ ਕੋਈ ਬਹੁਤ ਜ਼ਿਆਦਾ ਏਰੀਆ ਨਹੀਂ ਹੁੰਦਾ ਕਿਉਂਕਿ ਜ਼ਿਆਦਾ ਪੱਤਿਆਂ ਵਾਲੀਆਂ ਕਿਸਮਾਂ ਤੇ ਜ਼ਿਆਦਾ ਸੁੰਡੀ ਦਾ ਹਮਲਾ ਦੇਖਣ ਨੂੰ ਮਿਲਿਆ ਹੈਗਾ ਜਿਹੜੀ ਵੈਰੈਟੀ ਆ ਇਹਦੀ ਹਾਈਟ ਆ ਲਗਭਗ 7 ਫੁੱਟ ਤੱਕ ਜਾਂਦੀ ਆ ਜਿਹੜੀਆਂ ਦਰਮਿਆਨੀਆਂ ਜ਼ਮੀਨਾਂ ਉਹਨਾਂ ਵਿੱਚ 5 5.5 ਫੁੱਟ ਤੇ ਜਿਹੜੀਆਂ ਚੰਗੀਆਂ ਜ਼ਮੀਨਾਂ ਚੰਗੀ ਦੇਖ ਰੇਟ ਹੇਟ ਇਹਦਾ 7 ਫੁੱਟ ਜਿਹੜਾ ਨਰਮੇ ਦਾ ਕੱਦ ਉਹ ਵੀ ਨੋਟ ਕੀਤਾ ਗਿਆ ਇਸ ਫਸਲ ਦੇ ਉੱਪਰ 65 ਤੋਂ 95 ਦਿਨਾਂ ਦੇ ਵਿੱਚ ਜਿਹੜਾ ਫਾਲਾ ਉਹ ਜ਼ਿਆਦਾ ਤਿਆਰ ਹੁੰਦਾ ਜਿਹੜਾ ਕਿ ਆਪਾਂ ਕਹੀਏ ਨਰਮੇ ਦੀ ਬਜਾਈ ਕੀਤੀ ਹੋਈ ਆ ਤਾਂ ਉਸ ਫਸਲ ਦੇ ਵਿੱਚ ਇਸ ਡਿਵੀਸ਼ਨ ਦਰਾਰ ਜ਼ਿਆਦਾ ਫੁੱਲਾਂ ਦੀ ਭਰਮਾਰ ਹੋਵੇਗੀ ਜਿਹੜੀ ਕਿ ਆਮ ਕਿਸਮਾਂ ਦੇ ਨਾਲੋਂ ਅਗੇਤੀ ਹੈ ਇਹ ਇੱਕ ਪੰਜ ਸਿਕਰੀ ਨਰਮਾ ਮੋਸਟਲੀ ਜਿਹੜੀ ਸਾਰੀ ਫਸਲ ਦੇ ਵਿੱਚੋਂ ਜਿਹੜਾ ਆਧਤੋਂ ਉੱਪਰ ਜਿੰਨਾ ਵੀ ਫਲ ਲੱਗਦਾ ਉਹ 4 ਸਿਕਰੀ ਹੁੰਦਾ ਲਗਭਗ 60 ਤੋਂ 70% ਜਿਹੜੇ ਟੀਂਡੇ ਆ ਉਹ ਇਸ ਕਿਸਮ ਦੇ 5 ਸਿਕਰੀ ਆ ਜਿਹੜੇ ਕਿ ਚੁਗਣ ਦੇ ਵਿੱਚ ਬੜੇ ਆਸਾਨ ਹੁੰਦੇ ਆ ਟੈਲੈਂਟ ਵੈਰਾਈਟੀ ਇੱਕ ਨਰਮੇ ਦੀ ਇਹੀ ਵੈਰਾਈਟੀ ਹੈ ਜਿਹਦੀਆਂ 27 ਤੋਂ 29 ਸੰਪੋੜੀਆਂ ਬ੍ਰਾਂਚਸ ਹੁੰਦੀਆਂ ਮਤਲਬ ਇੱਕ ਮਦਰ ਜਿਹੜੀ ਥੱਲੋਂ ਛਟੀ ਆ ਰਹੀ ਆ ਮਦਰ ਬ੍ਰਾਂਚ ਆ ਉਸ ਦੇ ਉੱਤੇ ਜਿਹੜੀਆਂ ਬਾਕੀ ਟੀਂਡੀਆਂ ਵਾਲੀਆਂ ਸਖਾਵਾਂ ਲੱਗਣੀਆਂ ਉਹ ਅਪ ਟੂ 29 ਹੋ ਸਕਦੀਆਂ ਜਿਹੜੀਆਂ ਦੇ ਉੱਪਰ ਟੀਂਡੇ ਲੱਗਨੇ ਆ ਜਿਨ੍ਹਾਂ ਦੀ ਸਾਂਖਿਆ ਕਰਕੇ ਟੀਂਡਿਆਂ ਦੀ ਗਿਣਤੀ ਵਧਣੀ ਆ ਤੇ ਕਿਸਾਨ ਆ ਜਿਹੜਾ ਆਪਾਂ ਇਹ ਕਹਿ ਸਕਦੇ ਆ ਕਿ ਚੰਗੇ ਝਾੜ ਵੱਲ ਮੂਵ ਕਰ ਸਕਦਾ ਫਿਰ ਟੱਚ ਦੇ ਵਿੱਚ ਜਿੱਡੇ ਵੀ ਫਾਰਮਰਾਂ ਦੇ ਕੋਲ ਇਹ ਇੱਕ ਨਰਮਾ ਲੱਗਿਆ ਹੋਇਆ ਸੀਗਾ ਜਿਨ੍ਹਾਂ ਦਾ ਝਾੜ ਵਧੀਆ ਰਿਹਾ ਉਹਨਾਂ ਦੀ ਬਜਾਈ 15 ਅਪ੍ਰੈਲ ਤੋਂ 15 ਮਈ ਦੇ ਵਿੱਚ ਹੀ ਕੀਤੀ ਗਈ ਸੀ ਪਰ ਕੁਝ ਕਿਸਾਨਾਂ ਦੇ ਖੇਤ ਛੋਲਿਆਂ ਵਾਲੇ ਜਾਂ ਸਰੋਂ ਵਾਲੇ ਖੇਤ ਜਲਦੀ ਵਿਲੇ ਹੋ ਜਾਂਦੇ ਆ ਤਾਂ ਜਿਆਦਾ ਅਗੀਤੀ ਬਜਾਈ ਦੇ ਵਿੱਚ ਇਹਦੀ ਪੈਲ ਨਹੀਂ ਕਰਨੀ ਚਾਹੀਦੀ ਸਹੀ ਜਿਹੜਾ 골ਡਨ ਟਾਈਮ ਪੀੜ ਹੈ ਉਸ ਦੇ ਵਿੱਚ ਹੀ ਇਹਦੀ ਬਜਾਈ ਕਰਕੇ ਚੰਗਾ ਝਾੜ ਲੈਣਾ ਚਾਹੀਦਾ ਜਿਨ੍ਹਾਂ ਕਿਸਾਨਾਂ ਦੇ ਕੋਲ ਇਹ ਵੈਰੈਟੀ ਲੱਗੀ ਹੋਈ ਸੀ ਆਪਣਾ ਤਜਰਬਾ ਕਮੈਂਟਾਂ ਦੇ ਵਿੱਚ ਜਰੂਰ ਸਾਂਝਾ ਕਰਿਓ ਧੰਨਵਾਦ